ਭਾਈ ਕੂੜੇ ਤੋਂ ਗੱਲ ਹੋਈ ਜੇ, ਕੂੜਾ ਸਾਡੇ ਬੂਹੇ ਦੇ ਗਾੜੀ ਸੁੱਟਦੇ, ਬੜੀ ਵਾਰੀ ਰੋਕਿਆ ਇਹਨਾਂ ਨੂੰ ਸਾਡੀ ਮਾਤਾ ਨੇ, ਸਾਡੀ ਮਾਤਾ ਦੇ ਵੀ ਇਹ ਦੁਆਲੇ ਹੋ ਜਾਂਦੇ ਰਹੇ ਆ, ਫਿਰ ਸਾਨੂੰ ਵੀ ਗੁੱਸਾ ਚੜ੍ਹਦਾ ਰਿਹਾ ਵਾ, ਵੀ ਵੀ ਮਤਲਬ ਵੀ ਕਹਿੰਦੇ ਰਹੇ ਵੀ ਵੀ ਨਾ ਤੁਸੀਂ ਯਾਰ ਕਰੋ ਇੱਦਾਂ, ਫਿਰ ਨਹੀਂ ਟਲਦੇ ਹੈਗੇ। ਅਤੇ ਫਿਰ ਅਕਸਰ ਨੂੰ ਤਾਂ ਕਹਿਣਾ ਹੀ ਪੈਂਦਾ ਫਿਰ ਵੀ, ਅਤੇ ਇਹ ਮਤਲਬ ਵੀ ਇਹੀ ਹੈਗੇ, ਤਿੰਨ ਕੁ ਜਾਣੇ ਇਹ ਹੈਗੇ, ਜ਼ਿਆਦਾ ਜਾਣੇ ਸੀ, ਅਤੇ ਇੱਦਾਂ ਝਗੜਾ ਹੋਇਆ ਫਿਰ। ਨਹੀਂ ਉਹਨਾਂ ਦੇ ਨਹੀਂ ਜੇ ਲੱਗੀਆਂ ਹੋਣੀਆਂ ਮੇਰੇ ਹਿਸਾਬ ਨਾਲ, ਉਹ ਜ਼ਿਆਦਾ ਜਾਣੇ ਸੀ, ਉਹ ਨਾ ਮੇਰੇ ਹਿਸਾਬ ਨਾਲ 8-9 ਜਾਣੇ ਹੁਣੇ ਹੀ ਆ। ਹਾਂਜੀ, ਕੂੜਾ ਇਹ ਜੇ। ਇਹ ਸਰ ਮੈਨੂੰ ਲੱਗਿਆ ਪਤਾ ਜੀ, ਇਸ ਤਰ੍ਹਾਂ ਇੱਕ ਕੋਟਲਾ ਨਵਾਬ ਲੱਗ ਕੇ ਲੜਾਈ ਹੋਈ ਹੈ ਜੀ, ਅਤੇ ਸ਼ੇਰਾ ਸਾਨਾ ਗੁਰਮੀਤ ਸਿੰਘ, ਕਰਨ ਸਾਨਾ ਗੁਰਮੀਤ ਸਿੰਘ, ਅਜੇ ਸਾਨਾ ਛਿੰਦਾ ਜੀ। ਕਿੰਨੀਆਂ ਸੱਟਾਂ ਲੱਗੀਆਂ? ਇੱਕ ਸਿਰ 'ਤੇ ਸੱਟ ਹੈ ਜੀ, ਇੱਕ ਕੰਨ ਦੇ ਕੋਲ ਆ ਜੀ, ਇੱਕ ਬੰਦੇ ਦੇ ਕਿਸੇ ਸਿਰ ਦੇ ਕੋਲ ਸੱਟ ਹੈ, ਇੱਕ ਰੇਖਾ ਆਪਣੇ ਹੈਗਾ ਵਾ, ਇੱਕ ਭਰਵੱਟੇ ਕੋਲ ਸੱਟ ਹੈ, ਇੱਕ ਦੰਦਾਂ ਦੇ ਕੋਲ ਸੱਟ ਹੈ। ਝਗੜੇ ਦੇ ਕਾਰਨ ਪਤਾ ਲੱਗ ਸਕਦਾ? ਕੂੜਾ ਸੁੱਟਿਆ ਜੀ ਕਹਿੰਦੇ ਜੀ, ਕੂੜੇ ਕਰਕੇ ਲੜਾਈ ਹੋਈ ਜੀ। ਕੀ ਕਾਰਵਾਈ ਕੀਤੀ? ਆਏ ਨਹੀਂ, ਬਸ ਪਹੁੰਚੇ ਮੌਕੇ 'ਤੇ ਜੀ, ਜੋ ਡਾਕਟਰ ਸਾਹਿਬ ਐਂਬੂਲੈਂਸ ਦੇ ਮਤਲਬ ਕਾਰਵਾਈ ਕਰਦੇ ਨੇ। ਨਹੀਂ, ਹਥਿਆਰ ਯੂਜ਼ ਕਿਹੜਾ ਕੀਤਾ ਜੀ? ਹਾਂਜੀ, ਹਾਂ ਕਿਰਚ ਕਹਿੰਦੇ ਪਏ ਜੀ।